ਸਿਆਣੇ ਕਹਿੰਦੇ ਆ ਵੀ ਇਹ ਸਬਰ ਇੱਕ ਗਹਿਣਾ ਹੁੰਦਾ, ਜਿੱਦਾਂ ਸੋਨਾ ਅਤੇ ਹੀਰੇ ਜਵਾਹਰਾਤ ਜਿਹੜੇ ਆ ਇਹ ਸਾਨੂੰ ਧਰਤੀ ਦੇ ਹੇਠੋਂ ਖਾਨਾ 'ਚੋਂ ਲੱਭਦੇ ਆ, ਇਸੇ ਤਰ੍ਹਾਂ ਹੀ ਇਹ ਜਿਹੜਾ ਸਬਰ ਹੈ ਇਹ ਸਾਡੇ ਅੰਦਰੋਂ ਉਤਪੰਨ ਹੁੰਦਾ, ਇਹ ਸਾਡੇ ਅੰਦਰ ਹੁੰਦਾ। ਪਰ ਜੇਕਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਨਾ ਹੋਵੇ, ਭਾਵ ਕਿ ਸਾਡੇ ਸੁਭਾਅ ਦੇ ਵਿੱਚ ਸਬਰ ਨਾ ਹੋਵੇ, ਤਾਂ ਸਾਡੇ ਕੋਲੋਂ ਕਿਸੇ ਵੇਲੇ ਇਹੋ ਜਿਹੇ ਕੰਮ ਜਿਹੜੇ ਆ ਹੋ ਜਾਂਦੇ ਆ, ਇਹੋ ਜਿਹੀਆਂ ਅਣਹੋਣੀਆਂ ਹੋ ਜਾਂਦੀਆਂ, ਫਿਰ ਜਿਹਦਾ ਪਛਤਾਵਾ ਸਦੀਵੀ ਰਹਿੰਦਾ, ਔਰ ਬੰਦੇ ਨੂੰ ਨਹੀਂ ਰਹਿੰਦਾ, ਪਰਿਵਾਰਾਂ ਤੱਕ ਉਹ ਪਛਤਾਵਾ ਜਿਹੜਾ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਲੁਧਿਆਣਾ ਦੇ ਵਿੱਚ ਇੱਕ ਕਲੋਨੀ ਆ, ਉਹਦਾ ਨਾਮ ਹੈ ਗੁਰੂ ਹਰਕ੍ਰਿਸ਼ਨ ਨਗਰ। ਹੁਣ ਇਸ ਗੁਰੂ ਹਰਕ੍ਰਿਸ਼ਨ ਨਗਰ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਭੋਰਾ ਵੀ ਸਬਰ ਹੈ ਨਹੀਂ, ਭੋਰਾ ਵੀ ਇਤਫਾਕ ਹੈ ਨਹੀਂ। ਆਪਸ ਦੇ ਵਿੱਚ ਜੋ ਕੁਝ ਉਹਨਾਂ ਨੇ ਐਤਵਾਰ ਨੂੰ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਸ ਮੁਹੱਲੇ ਦੇ ਵਿੱਚ ਸੁਖਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਰਹਿੰਦਾ ਆਪਣੇ ਪਰਿਵਾਰ ਦੇ ਨਾਲ, 45 ਸਾਲ ਉਹਦੀ ਉਮਰ ਹੈ, ਅਤੇ ਗੱਲ ਜਾ ਕੇ ਸਰਕਾਰ ਦੇ ਨਾਲ ਵੀ ਜੁੜਦੀ ਹੈ। ਸਰਕਾਰ ਦੇ ਨਾਲ ਇਹ ਖਬਰ ਇੱਦਾਂ ਜੁੜਦੀ ਆ ਵੀ ਮੁਹੱਲੇ ਦੇ ਵਿੱਚ ਜਾਂ ਉਹਨਾਂ ਦੀ ਗਲੀ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਹੈ, ਜਿਹੜਾ ਜਿਹਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਕੋਲ ਆ, ਉਹ ਸੀਵਰੇਜ ਜਿਹੜਾ ਉਹ ਖਰਾਬ ਹੋ ਗਿਆ। ਉਹ ਜਦੋਂ ਸੀਵਰੇਜ ਖਰਾਬ ਹੋ ਗਿਆ ਤਾਂ ਸੁਭਾਵਕ ਜੀ ਗੱਲ ਆ, ਜਿਹੜਾ ਗੰਦਾ ਪਾਣੀ ਆ ਉਹ ਸੜਕ ਦੇ ਉੱਤੇ ਆ ਗਿਆ ਅਤੇ ਘਰਾਂ ਦੇ ਵਿੱਚ ਜਾਣ ਲੱਗ ਪਿਆ। ਹੁਣ ਸੁਖਵਿੰਦਰ ਸਿੰਘ ਜਿਹੜਾ ਪਰਿਵਾਰ ਦੇ ਨਾਲ ਰਹਿੰਦਾ, ਇਹਨੇ ਸੋਚਿਆ ਵੀ ਮੈਂ ਆਪਣਾ ਇੱਕ ਪਾਈਪ ਬਣਾਵਾਂ, ਇੱਕ ਆਪਣਾ ਪਾਈਪ ਪਾ ਕੇ ਇਹ ਜਿਹੜਾ ਮੇਰੇ ਘਰ ਦੇ ਅੰਦਰ ਗੰਦਾ ਪਾਣੀ ਆ ਰਿਹਾ ਇਹਨੂੰ ਕੱਢਣ ਦੀ ਮੈਂ ਬਾਹਰ ਕੋਸ਼ਿਸ਼ ਕਰਾਂ। ਹੁਣ ਜਦੋਂ ਇਹ 45 ਸਾਲਾ ਸੁਖਵਿੰਦਰ ਸਿੰਘ ਆਪਣੇ ਵੱਲੋਂ ਲਿਆਂਦਾ ਪਾਈਪ ਪਾ ਕੇ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਉਹਦੇ ਘਰ ਦੇ ਵਿੱਚ ਜਾ ਰਿਹਾ ਸੀਗਾ, ਉਹਨੂੰ ਕੱਢਣ ਦੀ ਕੋਸ਼ਿਸ਼ ਕਰਦਿਆ ਸੀ, ਤਾਂ ਇਹਦੇ ਗੁਆਂਢੀ ਜਿਹੜੇ ਆ ਇਸ ਗੱਲ ਤੋਂ ਨਾਰਾਜ਼ ਹੋ ਜਾਂਦੇ ਆ। ਹੁਣ ਉਹ ਨਾਰਾਜ਼ ਕਿਉਂ ਹੁੰਦੇ ਆ, ਇਹਦੇ ਬਾਰੇ ਤਾਂ ਪੁਲਿਸ ਦੱਸੇਗੀ, ਅਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਸੁਖਵਿੰਦਰ ਦੇ ਘਰ ਆ ਜਾਂਦੇ ਆ। ਉਹ ਕਹਿੰਦੇ ਆ ਵੀ ਜੇ ਸਾਡੇ ਘਰ ਪਾਣੀ ਆ ਰਿਹਾ ਤਾਂ ਤੇਰੇ ਵੀ ਆਉਣਾ ਚਾਹੀਦਾ, ਤੂੰ ਬਾਹਰ ਕਿਉਂ ਕੱਢ ਰਿਹਾ। ਸੁਖਵਿੰਦਰ ਉਹਨਾਂ ਨੂੰ ਹਵਾਲਾ ਦਿੰਦਾ ਵੀ ਮੇਰਾ ਘਰ ਜਿਹੜਾ ਨੀਵਾਂ ਅਤੇ ਮੇਰੇ ਘਰ ਪਾਣੀ ਜ਼ਿਆਦਾ ਭਰ ਜਾਣਾ, ਔਰ ਵੱਡੀ ਗੱਲ ਇਹ ਆ ਵੀ ਮੈਂ ਆਰਥਿਕ ਤੌਰ 'ਤੇ ਕੋਈ ਬਹੁਤਾ ਖੁਸ਼ਹਾਲ ਵੀ ਹੈ ਨਹੀਂ, ਮੇਰੇ ਘਰ ਦੇ ਵਿੱਚ ਪਿਆ ਜਿਹੜਾ ਸਮਾਨ ਆ ਇਹ ਖਰਾਬ ਹੋ ਜਾਏਗਾ, ਸੋ ਕਿਰਪਾ ਕਰਕੇ ਇਹ ਪਾਣੀ ਮੈਨੂੰ ਕੱਢਣ ਦਿਓ। ਬਸ ਇੰਨੀ ਕੁ ਗੱਲ ਤੋਂ ਉਹਦੀ ਗੱਲ ਕਿਸੇ ਨੇ ਸਮਝੀ ਨਹੀਂ, ਨਾ ਕਿਸੇ ਨੇ ਸਿਆਣਫ ਵਿਖਾਈ, ਨਾ ਕਿਸੇ ਨੇ ਦਿਆਨਤਦਾਰੀ ਵਿਖਾਈ, ਅਤੇ ਸੁਖਵਿੰਦਰ ਦੇ ਉੱਤੇ 10 ਜਾਣਿਆਂ ਨੇ ਜਿਹੜਾ ਹਮਲਾ ਕਰ ਦਿੱਤਾ। ਹੁਣ ਇਹ ਮਜ਼ਦੂਰ ਪਰਿਵਾਰ ਸੀਗਾ, ਇਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਜਿਹੜਾ ਇਹ ਆਪਣੇ ਪ੍ਰਾਣ ਤਿਆਗ ਗਿਆ, ਭਾਵ ਕਿ ਇਹਦੀ ਮੌਤ ਹੋ ਜਾਂਦੀ ਆ। ਹੁਣ ਸੁਖਵਿੰਦਰ ਦੇ ਜਿਹੜੇ ਬੱਚੇ ਆ ਜਦੋਂ ਉਹ ਸਾਰੀ ਗੱਲ ਦੱਸਦੇ ਆ ਤਾਂ ਉਹ ਵੀ ਬੜੇ ਭੋਲੇ ਜਿਹੇ ਅੰਦਾਜ਼ 'ਚ ਦੱਸੀ ਜਾਂਦੇ ਆ ਵੀ ਕੋਈ ਐਡੀ ਤਾਂ ਗੱਲ ਹੈ ਹੀ ਨਹੀਂ ਸੀ, ਸੀਵਰੇਜ ਦਾ ਪਾਣੀ ਜਿਹੜਾ ਵਾ ਉਹ ਕਹਿੰਦੇ ਸਾਡੇ ਵਿਹੜੇ ਦੇ ਵਿੱਚ ਆ ਗਿਆ ਅਤੇ ਸਾਡੇ ਜਿਹੜੇ ਡੈਡੀ ਆ ਉਹ ਇਹਨੂੰ ਬਾਹਰ ਕੱਢਣਾ ਚਾਹੁੰਦੇ ਸੀਗੇ ਅਤੇ ਉਹਨਾਂ ਨੇ ਇੱਕ ਪਾਈਪ ਲਿਆ ਕੇ ਪਾ ਲਿਆ ਵੀ ਤਾਂ ਜੋ ਇਹ ਗੰਦਾ ਪਾਣੀ ਬਾਹਰ ਕੱਢਿਆ ਜਾ ਸਕੇ। ਪਰ ਕਹਿੰਦੇ ਇਸੇ ਦੌਰਾਨ ਆਂਢ ਗੁਆਂਢ ਦੀਆਂ ਦੋ ਪਰਿਵਾਰ ਜਿਹੜੇ ਆ ਉਹ ਇਕੱਠੇ ਹੋ ਕੇ ਆਉਂਦੇ ਆ, ਸਾਡੇ ਡੈਡੀ ਦੇ ਨਾਲ ਝਗੜਾ ਕਰਦੇ ਆ ਅਤੇ ਜਿਸ ਦੌਰਾਨ ਉਹਨਾਂ ਨੂੰ ਜਦੋਂ ਮਾਰਿਆ ਕੁੱਟਿਆ ਜਾਂਦਾ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਆ। ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਮਰਜੀਤ ਕੌਰ ਨਾਂ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਜਿਹਨੇ ਸਭ ਤੋਂ ਪਹਿਲਾਂ ਸੁਖਵਿੰਦਰ ਦੇ ਉੱਤੇ ਹੱਥ ਚੁੱਕਿਆ ਸੀਗਾ, ਉਹਨੂੰ ਗ੍ਰਿਫਤਾਰ ਕਰ ਲਿਆ, ਉਹਦੇ ਉੱਤੇ ਹੁਣ ਜਿਹੜਾ ਕੇਸ ਹੈ ਮੁਕੱਦਮਾ ਉਹ ਵੀ ਦਰਜ ਕੀਤਾ ਜਾਏਗਾ। ਪਰ ਜੇ ਇਹ ਸਭ ਕੁਝ ਹੋ ਰਿਹਾ ਸੀਗਾ ਪਹਿਲਾਂ ਤਾਂ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਬਣਦੀ ਆ, ਸਰਕਾਰ ਦੀ ਬਣਦੀ ਆ ਵੀ ਜੇ ਤੁਸੀਂ ਸੀਵਰੇਜ ਪਾ ਕੇ ਦਿੱਤਾ ਤਾਂ ਇਹਦੀ ਮੇਨਟੇਨੈਂਸ ਵੀ ਕਰੋ, ਇਹਦਾ ਰੱਖ ਰਖਾਅ ਵੀ ਤਾਂ ਤੁਸੀਂ ਕਰਨਾ, ਕਿਉਂਕਿ ਜਦੋਂ ਸਾਡੇ ਘਰ ਪਾਣੀ ਦਾ ਬਿੱਲ ਆਉਂਦਾ ਤਾਂ ਉਹਦੇ ਵਿੱਚ ਸਾਡੇ ਸੀਵਰੇਜ ਚਾਰਜਿਸ, ਸੈਨੀਟੇਸ਼ਨ ਚਾਰਜਿਸ ਸਭ ਕੁਝ ਜੁੜੇ ਹੁੰਦੇ ਆ। ਅਤੇ ਸਰਕਾਰ ਦਾ ਅੱਜ ਕੱਲ੍ਹ ਦਾਅਵਾ ਵੀ ਇਹੀ ਆ ਵੀ ਤੁਸੀਂ ਘੱਟੋ ਘੱਟ ਬਿੱਲ ਆਪਣਾ ਜਿਹੜਾ ਉਹ ਜ਼ਰੂਰ ਅਦਾ ਕਰੋ ਤਾਂ ਜੋ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਜਿਹੜਾ ਉਹ ਜਮ੍ਹਾਂ ਹੋ ਜਾਏ ਅਤੇ ਉਹ ਪੈਸਾ ਮੁੜ ਕੇ ਜਿਹੜਾ ਤੁਹਾਡੇ ਹੀ ਵੈਲਫੇਅਰ ਵਾਸਤੇ ਯਾਨੀ ਕਿ ਤੁਹਾਡੇ ਉੱਤੇ ਹੀ ਇਹ ਖਰਚਿਆ ਜਾ ਸਕੇ। ਹੁਣ ਸੁਖਵਿੰਦਰ ਸਿੰਘ ਜਿਹਦੇ ਛੋਟੇ ਛੋਟੇ ਬੱਚੇ ਆ, ਮਜ਼ਦੂਰੀ ਇਹ ਬੰਦਾ ਕਰਦਾ ਸੀਗਾ, ਜਹਾਨ ਤੋਂ ਇਹ ਤੁਰ ਗਿਆ ਸਿਰਫ ਨਿੱਕੀ ਜਿਹੀ ਗੱਲ ਪਿੱਛੇ, ਹੁਣ ਉਹਨਾਂ ਦਾ ਵਾਲੀ ਵਾਰਸ ਕੌਣ ਆ, ਉਹਨਾਂ ਦੀ ਟੇਕ ਕੇਅਰ ਕੌਣ ਕਰੇਗਾ, ਉਹਨਾਂ ਦੀ ਦੇਖਭਾਲ ਕੌਣ ਕਰੇਗਾ। ਜਦੋਂ ਸਾਨੂੰ ਗੁੱਸਾ ਆ ਜਾਂਦਾ, ਤੈਸ਼ ਦੇ ਵਿੱਚ ਆ ਜਾਂਦੇ ਹਾਂ ਤਾਂ ਸਾਹੀ ਆਪਾਂ ਭੁੱਲ ਜਾਂਦੇ ਹਾਂ, ਸਾਨੂੰ ਲੱਗਦਾ ਵੀ ਰੱਬ ਹੀ ਅਸੀਂ ਹਾਂ,
ਅਸੀਂ ਮੁਨਸਫ ਆ, ਅਸੀਂ ਜਿਹੜਾ ਫੈਸਲਾ ਕਰਨਾ, ਜਿਹੜਾ ਮਹੱਲਾ ਜਾਂ ਗਲੀ ਹੁੰਦੀ ਆ ਜਾਂ ਕੋਈ ਪਿੰਡ ਹੁੰਦਾ, ਇਹ ਇੱਕ ਬੰਦੇ ਨਾਲ ਨਹੀਂ ਬਣਦਾ, ਇਹ ਲੋਕਾਂ ਦੇ ਨਾਲ ਬਣਦਾ, ਔਰ ਖਾਸ ਤੌਰ 'ਤੇ ਉਹਨਾਂ ਲੋਕਾਂ ਦੇ ਸਮੂਹ ਦੇ ਨਾਲ ਬਣਦਾ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਦਿਆਂਤਦਾਰੀ ਹੁੰਦੀ ਆ, ਸਿਆਣਪ ਹੁੰਦੀ ਆ। ਅਤੇ ਜੇ ਅਜਿਹਾ ਕੁਝ ਹੀ ਹੁੰਦਾ ਰਹੇਗਾ ਤਾਂ ਫਿਰ ਲੋਕ ਜਿਹੜੇ ਆ ਇਹ ਤਾਂ ਝਗੜੇ ਕਰਦੇ ਰਹਿਣਗੇ। ਜਦਕਿ ਕੰਮ ਜਿਵੇਂ ਮੈਂ ਪਹਿਲਾਂ ਦੱਸਿਆ, ਇਹ ਸਰਕਾਰਾਂ ਦਾ ਹੁੰਦਾ ਵੀ ਰੱਖ ਰਖਾਅ ਕਰਨਾ, ਮੇਨਟੇਨ ਕਰਨਾ, ਜਿਹੜੀਆਂ ਸਹੂਲਤਾਂ ਸਾਨੂੰ ਸਰਕਾਰ ਨੇ ਦਿੱਤੀਆਂ। ਪਰ ਸਰਕਾਰ ਜਿਹੜੀ ਆ ਇਹਨਾਂ ਕੋਲ ਹੋ ਸਕਦਾ ਵੀ ਹੋਰ ਕੋਈ ਵੱਖਰੇ ਕੰਮ ਹੋਣ, ਵੀ ਇਹਨਾਂ ਨੇ ਲੱਗਦਾ ਵੀ ਲੋਕਾਂ ਦੀ ਸੇਵਾ ਤੋਂ ਇਲਾਵਾ ਕੋਈ ਹੋਰ ਬੀੜਾ ਚੁੱਕਿਆ ਹੋਵੇ ਵੀ ਅਸੀਂ ਉਹ ਕੰਮ ਪਹਿਲ ਦੇ ਆਧਾਰ 'ਤੇ ਕਰਨਾ, ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਇਹਦਾ ਫਿਰ ਕੀ ਆ, ਫਿਰ ਦੀ ਫਿਰ ਦੇਖ ਲਾਂਗੇ। ਸੋ ਇਹ ਤੰਤਰ ਦੀ ਕਹਿ ਲਈਏ ਅਤੇ ਸਾਡੇ ਸੁਭਾਅ ਦੀ, ਸਬਰ ਦੀ, ਔਰ ਸਾਡੀ ਆਪਣੀ ਕਹਿ ਲਈਏ ਵੀ 10-15 ਮਿੰਟ ਦਾ ਜਿਹੜਾ ਗੁੱਸਾ ਸਾਡੇ ਕੋਲ ਕਾਬੂ ਨਹੀਂ ਹੋਇਆ, ਉਹਦੀ ਭੇਟ ਇਹ ਸੁਖਵਿੰਦਰ ਸਿੰਘ ਜਿਹੜਾ ਇਹ ਚੜ੍ਹ ਗਿਆ। ਇਹ ਡੈਥ ਇੱਦਾਂ ਹੋਈ ਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਆ ਜੀ, ਸੀਵਰੇਜ ਤੋਂ, ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਅੰਤ ਕਰ ਰਹੇ ਸੀਗੇ, ਸਹੀ ਕਰ ਰਹੇ ਸੀਗੇ ਕਿ ਪੈਪ ਪਾ ਕੇ ਸਹੀ ਕੀਤਾ ਜਾਵੇ, ਕਿਉਂਕਿ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ, ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ। ਠੀਕ ਆ ਜੀ, ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨ੍ਹਾ ਕਰ ਦਿੱਤਾ, ਮੇਰੇ ਪਾਪਾ ਸਿਰਫ ਗੱਲ ਕਰਦੇ ਪਏ ਸੀ, ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ। ਅਮਰਜੀਤ ਕੌਰ ਆਂਟੀ ਆਈ ਆ ਜੀ, ਉਹਨਾਂ ਨੇ ਜੀ ਆ ਕੇ ਮੇਰੇ ਪਾਪਾ ਦੇ ਜੀ ਥੱਪੜ ਮਾਰ ਦਿੱਤਾ ਸਿੱਧਾ, ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ। ਉਸ ਤੋਂ ਬਾਅਦ ਜੀ ਇਹਨਾਂ ਨੇ ਜੀ ਆ ਕੇ ਮੇਰੇ ਪਾਪਾ ਦੇ ਸਿੱਧਾ ਚਪੇੜ ਮਾਰ ਕੇ ਥੱਲੇ ਸੁੱਟ ਦਿੱਤਾ ਵਾ, ਥੱਲੇ ਸੁੱਟ ਕੇ ਬਾਅਦ ਵਿੱਚ ਉੱਪਰ ਆ ਗਈ ਆ, ਉੱਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ, ਆਓ ਸਾਰੇ ਜਾਣੇ, ਇਹਨੂੰ ਅੱਜ ਸਬਕ ਸਿਖਾਉਣਾ ਹੀ ਸਿਖਾਉਣਾ ਵਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਣਾ ਅੱਜ, ਅਤੇ ਉਸ 10 ਬੰਦੇ ਸੀ ਜੀ, ਪੂਰੇ ਟੋਟਲ 10 ਬੰਦੇ। ਗੁਆਂਢੀ ਹੈ ਤੁਹਾਡੇ? ਹਾਂਜੀ, ਗੁਆਂਢੀ ਹੈ ਜੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।